ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਾਹਮਣਾ ਜੀ ਵੱਲੋਂ ਬੀਤੇ ਦਿਨ ਟਾਣੀ ਹਰਚਰਨ ਸਿੰਘ ਬਕੈਣ ਵਾਲਾ ਜੰਡ ਵਾਲਾ ਮੀਰਾ ਸੰਗਲਾ ਖਿਓ ਵਾਲੀ ਢਾਬ ਤੇ ਲੱਖੇ ਵਾਲੀ ਢਾਬ ਸਮੇਤ ਕਬੂਲਸ਼ਾ ਖੁੱਬਣ ਤੇ ਹੀਰਾ ਵਾਲੀ ਸਮੇਤ ਪਿੰਡਾਂ ਦਾ ਕੀਤਾ ਦੌਰਾ। ਵਿਧਾਇਕ ਨਰਿੰਦਰਪਾਲ ਸਾਹਮਣਾ ਨੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ ਤੇ ਮੌਕੇ ਤੇ ਅਧਿਕਾਰੀਆਂ ਨਾਲ ਕਰਵਾਉਣ ਦੇ ਹੁਕਮ ਦਿੱਤੇ। ਇਸ ਮੌਕੇ ਵਿਧਾਇਕ ਸਾਹਮਣਾ ਨੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। इस मौके साडी पत्रकार टीम ने गलबात करदिआं दस्सिआ कि पिंडां विच रहिंदे विकास कारजां नूं बहुत जल्द पूरा किया जाएगा। इस दे नाल नाल जो 2020 दे विच फसलां खराब होईआं सी उन्हां किसानां नूं पिंडां विच मुआवजे दे चैक दित्ते गए हन। ਫਾਜ਼ਿਲਕਾ तों जगदीप सिंह दी विशेष रिपोर्ट। जेकर तुसीं साडे चैनल ते नवें तो साडे चैनल नूं हुणे सबसक्राइब कर लो तो ऑल बैल आइकन ते क्लिक कर लो। जेकर तुसीं फेसबुक पेज ते हो तो फेसबुक पेज नूं फॉलो ते लाइक जरूर करो ताकि पंजाब ते देश विदेश दीआं खास खबरां तुहाडे तक पहुंच सकण। सब तों पहलां बने रहो साडे नाल, देखते रहो साडा चैनल। अज असी सवेर तो ही पिंड कोयलखेड़ा सब तो पहला टाणी हरचरण सिंह बकैण वाला जंड वाला मीरा सांगला खिओ वाली टाब लखे वाली टाब और उस तो बाद कबूलशाह खुबण और हुण असी पहुंचे हाँ पिंड हीरा वाली विखे और सारे अफसर साहबाना नूं नाल लैके असी लोगों पिंडां दे विच जाके ਸਾਂਝੀਆਂ ਥਾਵਾਂ ਤੇ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਔਰ ਸਮੱਸਿਆਵਾਂ ਸੁਣੀਆਂ ਉਹ ਮੌਕੇ ਤੇ ਹੀ ਉਹਨਾਂ ਦਾ ਹੱਲ ਕੀਤਾ ਔਰ ਪਿੰਡਾਂ ਦੇ ਵਿੱਚ ਹੋਣ ਵਾਲੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਕੀ ਵਿਕਾਸ ਹੋਣ ਵਾਲਾ ਔਰ ਬੜੀ ਜਲਦੀ ਉਹ ਸਾਰੇ ਵਿਕਾਸ ਦੇ ਕੰਮ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਸ਼ੁਰੂ ਕਰਵਾਉਣ ਜਾ ਰਹੇ ਹਾਂ ਔਰ ਇਸ ਤੋਂ ਇਲਾਵਾ ਜਿਹੜਾ 2020 ਦੇ ਵਿੱਚ ਫਸਲ ਖਰਾਬ ਹੋਈ ਸੀ ਉਹਦੇ ਵਿੱਚ ਲੱਖੇ ਵਾਲੀ ਟਾਬ ਖਿਓ ਵਾਲੀ ਟਾਬ ਔਰ ਕਬੂਲਸ਼ਾ ਖੁੱਬਣ ਦੇ ਜੋ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ ਉਹਦਾ ਮੁਆਵਜ਼ਾ ਜਿਹੜਾ ਉਹ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਦੇ ਕੇ ਆਏ ਹਾਂ ਔਰ ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਸਾਡੇ ਕੋਲ ਡਿਮਾਂਡਸ ਪਿੰਡਾਂ ਦੀ ਆਈਆਂ ਕੰਮ ਕਰਨ ਵਾਲੇ ਜੋ ਪਿੰਡਾਂ ਨੇ ਕਹੇ ਨੇ ਸਾਡੇ ਨਾਲ ਸਾਰੇ ਅਫਸਰ ਸਾਹਿਬਾਨ ਮੌਜੂਦ ਸੀ ਸਾਰੇ ਅਫਸਰ ਸਾਹਿਬਾਨਾਂ ਨੂੰ ਉਹ ਜਿਹੜੇ ਕੰਮ ਕਰਨ ਲਈ ਹਦਾਇਤ ਕੀਤੀ ਗਈ।